ਅੱਜ ਪੀ ਐੱਸ ਖਾਲਸਾ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਵਿਖੇ ਪੇਪਰ ਏ ਦੀ ਪ੍ਰੀਖਿਆ ਲਈ ਗਈ, ਜਿਸ ਵਿੱਚ ਲਗਭਗ 6 ਸਕੂਲਾਂ ਦੇ 150 ਦੇ ਕਰੀਬ ਕੈਡਿਟਾਂ ਨੇ ਪ੍ਰੀਖਿਆ ਦਿੱਤੀ। ਮੁੱਖ ਤੌਰ 'ਤੇ ਪ੍ਰੀਖਿਆ ਕੰਟਰੋਲਰ ਦੀ ਜ਼ਿੰਮੇਵਾਰੀ HFO ਰੁਪਿੰਦਰ ਸਿੰਘ ਅਤੇ ਵਰੰਟ ਆਫਿਸਰ AK ਸਿੰਘ ਨੇ ਨਿਭਾਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾਕਟਰ ਜੈ ਗੋਪਾਲ ਗੋਇਲ ਨੇ ਕੈਂਪ ਵਿੱਚ ਫੁੱਟਬਾਲ ਮੈਚ ਸਫਾਈ ਅਭਿਆਨ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਗਰੁੱਪ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਸ਼ਬਨਮ ਚੱਡਾ ਅਤੇ ਸੈਕਟਰੀ ਤੇਜਸਵਰ ਸਿੰਘ ਨੇ ਕੈਡਿਟਾਂ ਨੂੰ ਵਧਾਈ ਦਿੱਤੀ ਕਿ ਭਵਿੱਖ ਵਿੱਚ ਸਕੂਲ ਦਾ ਨਾਮ ਹੋਰ ਵੀ ਰੋਸ਼ਨ ਕਰਨ। ਮੈਂ ਡਾਕਟਰ ਜੈਗਪਾਲ ਗੋਇਲ, ਸੈਕਿੰਡ ਅਫਸਰ, ਆਪਣਾ ਨੰਬਰ 4 ਸਕੁਆਡਰਨ NCC ਲੁਧਿਆਣਾ, ਅਤੇ ਮੇਰੇ ਸਕੂਲ ਦੇ ਜਿਹੜੇ ਵਿਦਿਆਰਥੀ PS ਖਾਲਸਾ ਨੈਸ਼ਨਲ ਸੀਨੀਅਰ ਸੈਂਟਰ ਸਕੂਲ ਦੇ ਵਿਦਿਆਰਥੀਆਂ ਨੇ ACTC 95 ਵਿੱਚ 23 ਵਿਦਿਆਰਥੀਆਂ ਨੇ ਭਾਗ ਲਿੱਤਾ, ਜਿਸ ਵਿੱਚ ਇਹਨਾਂ ਨੇ ਰਨਰ ਟਰੋਫੀ ਜਿਹੜੀ ਫੁੱਟਬਾਲ ਵਿੱਚ ਪਹਿਲਾ ਪ੍ਰਾਈਜ਼, ਅਤੇ ਸਫਾਈ ਅਭਿਆਨ ਡੈਕੋਰੇਸ਼ਨ ਵਿੱਚ ਵੀ ਇਹਨਾਂ ਨੇ ਪਹਿਲਾ ਪ੍ਰਾਈਜ਼ ਲੈ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ। ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਸ਼ਬਨਮ ਚੱਡਾ ਅਤੇ ਸੈਕਟਰੀ ਸਰਦਾਰ ਤੇਜਸਵਰ ਸਿੰਘ ਨੇ ਬੱਚਿਆਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਚੀਜ਼ਾਂ ਤੋਂ ਵਧਾਈ ਦਿੱਤੀ, ਅਤੇ ਆਸ ਰੱਖੀ ਕਿ ਅੱਗੇ ਤੋਂ ਵੀ ਇਸ ਪ੍ਰਕਾਰ ਸਾਡੇ ਸਕੂਲ ਦਾ ਨਾਂ ਰੋਸ਼ਨ ਕਰਨਗੇ। ਅਤੇ ਅੱਜ ਦੇ ਦਿਨ ਇਹ ਸਰਟੀਫਿਕੇਟ ਦਾ ਇਗਜ਼ਾਮ ਵੀ ਮੇਰੇ ਸਕੂਲ ਵਿਖੇ ਹੋ ਰਿਹਾ ਹੈ, ਜਿਸ ਵਿੱਚ ਲਗਭਗ 150 ਦੇ ਵਿਦਿਆਰਥੀ ਭਾਗ ਲੈ ਰਹੇ ਹਨ। ਉਹ ਇਸ ਮੈਂ ਸ਼ੁਭਕਾਮਨਾਵਾਂ ਨਾਲ ਆਪਣੇ ਵਿਦਿਆਰਥੀਆਂ ਨੂੰ ਵਧਾਈ ਦਿੰਦਾ ਹਾਂ ਕਿ ਉਹ ਅੱਗੇ ਤੋਂ ਇਸੇ ਪ੍ਰਕਾਰ ਆਪਣਾ ਨਾਂ ਰੋਸ਼ਨ ਕਰਦੇ ਰਹਿਣਗੇ। ਲੁਧਿਆਣਾ ਤੋਂ ਕੈਮਰਾਮੈਨ ਗੋਲਡੀ ਨਾਲ ਸਿਟੀ ਹੋਮ ਨਿਊਜ਼।